ਕੱਪੜੇ ਨਾ ਹਜੇ ਸਲਾਬੇ ਜੀ ਪਏ ਨੇ, ਅਮਨ ਨੇ ਪਹਿਲੀ ਲਾ ਲਏ। ਅਮਨ ਮਾੜੇ ਸਲਾਬੇ ਸੀਗੇ ਕੱਪੜੇ, ਮੈਨੂੰ ਤਾਂ ਇਸ ਵਾਰ ਸੁੱਕ ਗਏ ਕੱਪੜੇ। ਨਾ ਉਹ ਹੈ ਨਾ, ਹੁਣ ਥੋੜੇ ਮੌਸਮ ਛਿੱਲਾ ਕਰਕੇ ਨਾ ਸਮਾਰ ਕੇ ਧੁੱਪ ਤੋਂ ਬਿਨਾ ਸੁੱਕਦੇ ਨਹੀਂ ਹੈਗੇ। ਤੇ ਇੱਕ ਨਾ ਹੈ ਨਾ ਕਾਲਰਾਂ ਜੇ ਤੇ ਨਾ ਮੈਲ ਜੀ ਲੱਗੀ ਪਈ ਆ, ਮਸ਼ੀਨ ਨਾ ਲੈਂਦੀ ਨਹੀਂ ਹੈਗੀ ਇਹ, ਮਾੜੇ ਵਿੱਚ ਮਸਲ ਦਾ ਕਰ ਇਹਨਾਂ ਨੂੰ ਕੋਈ ਨਾ ਕਹਿੰਦੇ ਮਸਲ। ਹਾਂ ਹੋਰ ਦਿਨ ਪਤੀ ਕੰਮ ਵਾਲਿਆਂ ਦੇ ਤਾਂ ਨਾ ਕੱਪੜਿਆਂ ਦੇ ਕਾਲਰਾਂ ਤੇ ਵਾਧੂ ਮੈਲ ਲੱਗ ਜਾਂਦੀ ਆ, ਤੇ ਆਪਣੇ ਤਾਂ ਹਜੇ ਵਧੀਆ ਬਣਾ ਦਿੰਦੀ ਆ ਮਸ਼ੀਨ, ਇਹ ਬੰਦਿਆਂ ਨੇ ਨਹੀਂ ਨਖੇੜਦੀ ਕੱਪੜੇ। ਨਾ ਕੋਈ ਨਾ ਭੈਣੇ, ਲਾ ਦੇ ਮੁਰਸ ਲਾ ਦੇ ਕਰੂੰਗੀ। ਹਾਂ ਕਾਲਰਾਂ ਦਾ ਮੈਂ ਲਾ ਦੇ ਕਰੂੰਗੀ ਮੁਰਸ ਨੂੰ, ਹੋਰ ਇੰਨੇ ਨਾਲ ਵਧੀਆ ਹੋ ਜਾਂਦੇਗੀ। ਕੀ ਕਹੀ ਆਲੀ ਨਿਕਲਵਿੰਦਰ? ਕੁਛ ਨੀ ਕਿਹਾ ਮੰਮੀ, ਮੈਂ ਤਾਂ ਕੱਪੜੇ ਜੇ ਦੇਖੀ ਜਾਂਦੀ ਸੀਗੀ, ਅਬਿੰਦਰ ਦੇ ਨਾ ਕਾਲਰਾਂ ਤੇ ਮੈਲ ਲੱਗੀ ਪਈ ਸੀਗੀ, ਤੇ ਮੈਂ ਤਾਂ ਇਹ ਕਹਿੰਦੀ ਸੀ ਅਮਨ ਨੂੰ, ਮਹਾ ਮਾੜਾ ਜਿਹਾ ਮਸਲ ਦਿਆ ਕਰ ਮਸ਼ੀਨ ਚ, ਤੇ ਉਹ ਮੈਲ ਜੀ ਲੈ ਜਾਂਦੀ ਹੈਗੀ ਮਸਲੇ ਤੋਂ। ਮੈਂ ਕਹਿੰਦੀ ਸੀ ਵੀ ਕੁਲਵਿੰਦਰ ਕੱਪੜੇ ਤੂੰ ਧੋ ਲਿਆ ਕਰ, ਵੀ ਇਹਨੇ ਕਦੇ ਕੰਮ ਕਰਿਆ ਨੀ, ਕੰਮ ਕਰੇ ਪੜ੍ਹਨ ਲਈ ਹੁਣ ਚ ਵੱਧ ਰੱਖੀ ਹੈਗੀ, ਇਹਦੀ ਮਾਂ ਨੇ ਘੱਟ ਲਾਈ ਸੀ ਕੰਮ ਤੇ, ਵੀ ਚੱਲ ਤੂੰ ਧੋ ਲਿਆ ਕਰ ਕੱਪੜੇ। ਉਹ ਤਾਂ ਚੱਲ ਠੀਕ ਹੈ ਮੰਮੀ, ਘੱਟ ਤਾਂ ਕਰਿਆ ਕੰਮ ਮੈਂ ਮੰਨਦੀ ਹਾਂ, ਮੇਰੇ ਕੋਲ ਹੋਰ ਹੀ ਕੰਮ ਬਾਹਲੇ ਹੋ ਜਾਂਦੇ ਆ। ਦੇਖ ਲੈ ਪਸ਼ੂਆਂ ਤੇ ਜਿਉਂ ਮੈਂ ਤੜਕੇ ਜਾਂਦੀ ਹੈਗੀ ਗੋਹਾ ਕੂੜਾ ਹੋ ਜਾਂਦਾ, ਉਦੋਂ ਬਾਅਦ ਫਿਰ ਮੈਂ ਧਾਰਾਂ ਕੱਢਦੀ ਹੈਗੀ, ਤੇ ਉਹ ਇੰਨੇ ਚ ਫਿਰ ਅਮਨ ਕੱਪੜੇ ਕੁੱਪੜੇ ਧੋ ਲੈਂਦੀ ਹੈ। ਦੇਖ ਮੇਰੇ ਕੋਲ ਉੱਧਰ ਕੰਮ ਬਾਹਲਾ ਟਾਈਮ ਲੱਗ ਜਾਂਦਾ ਮੈਨੂੰ ਕੰਮਾਂ ਨੂੰ, ਨਹੀਂ ਚੱਲ ਮੈਂ ਧੋ ਲਿਆ ਕਰਾਂ, ਮੇਰੇ ਤਾਂ ਕਿਹੜਾ ਇਹਦੇ ਤੇ ਜ਼ੋਰ ਲੱਗਦਾ। ਇਹਨਾਂ ਦੇ ਪਿੱਛੇ ਲੱਗੀਆਂ ਹੋਈਆਂ ਸੀ ਕੰਮ ਵਾਲੀਆਂ, ਇਹਨੇ ਤਾਂ ਘੱਟ ਕਰਿਆ ਹੋਇਆ ਗਾ ਕੰਮ। ਹਾਂ ਨਾ ਇਹ ਤਾਂ ਫਰ ਹੈਗਾ ਮੰਮੀ, ਚੱਲ ਕਹਿੰਦੀ ਮਸਲ ਦਾ ਕਰੂੰਗੀ ਮੈਂ ਕਾਲਰ ਜੀ। ਨਾ ਕੋਈ ਨਾ, ਫਿਰ ਤੂੰ ਜਿਵੇਂ ਕਰੂਗੀ ਉਵੇਂ ਜਿਵੇਂ ਕਰ ਲਿਆ ਕਰੋ, ਰਲ ਮਿਲ ਕੇ ਕਰ ਲਿਆ ਕਰੋ। ਨਾ ਠੀਕ ਹੈ ਮੰਮੀ ਕੋਈ ਨਹੀਂ। ਹਾਂ ਲੈ ਤੁਸੀਂ ਐਂ ਕਰੋ, ਹੁਣ ਮੈਨੂੰ ਚਾਹ ਚ ਘੁੱਟ ਕਰਕੇ ਲਿਆ ਦਿਓ, ਮੈਂ ਬਾਹਰੇ ਬਹਿਨੀ ਹੈਗੀ। ਹਾਂ ਠੀਕ ਹੈ ਮੰਮੀ ਕੋਈ ਨਾ, ਬਣਾ ਲੈਣੇਗੀ। ਹੋਰ ਭੈਣ ਤੂੰ ਕਰਕੇ ਲਿਆਏਂਗੀ ਚਾਹ ਕਿ ਮੈਂ ਬਣਾ ਕੇ ਲਿਆਵਾਂ? ਦੇਖ ਲਾ ਨਾ, ਚੱਲ ਤੂੰ ਤਾਂ ਇਹ ਲਾਲ ਕੱਪੜੇ ਦੀ ਮੈਂ ਬਣਾ ਲੈਣੀ ਚਾਹ। ਹਾਂ ਚੱਲ ਬਣਾ ਲਾ। ਹਾਂ ਤੇ ਬਣਾਈ ਥੋੜੀ ਜੀ, ਚੰਗਾ? ਹਾਂ ਗਲਾਸ ਕੀ? ਹਾਂ ਠੀਕ ਹੈ, ਤਾਂ 2-3 ਗਲਾਸ ਪਾ ਲਿਓ। ਤੇ ਬਾਈ ਵੀ ਆਉਣ ਵਾਲਾ, ਵਿੰਦਰ ਵੀ ਖੇਤੋਂ ਆਉਣਗੇ ਹੁਣ, ਉਹ ਵੀ ਕਹਿੰਦੇ ਸੀਗੇ ਅਸੀਂ ਬਾਹਲਾ ਕੰਮ ਨਹੀਂ ਹੈਗਾ ਅੱਜ ਖੇਤ। ਹੋਰ ਲੈ, ਅਮਨ ਨੇ ਤਾਂ ਇਹ ਜੇ ਕਿਹਾ ਨਹੀਂ ਹੈਗਾ ਵੀ ਮੈਥੋਂ ਕੰਮ ਹੁੰਦਾ ਨਹੀਂ ਹੈਗਾ, ਲੈ ਮੰਮੀ ਉਈ ਵਿੱਚ ਉਹ ਛੱਡ ਗਈ ਸੁਰਲੀ, ਕਹਿੰਦੇ ਕਦੇ ਕਰਿਆ ਨਹੀਂ ਕੰਮ, ਹਜੇ ਉਹ ਤਾਂ ਬੱਚੇ ਕਹਿੰਦੀ ਹੈ ਕਿ ਲੈ ਚੱਲ ਕੋਈ ਨਾ ਮੈਂ ਮਸਲ ਦਿਆ ਕਰੂੰਗੀ ਕੱਪੜੇ। ਲੈ ਰੋਟੀ ਤੋਂ ਬਾਅਦ ਤਾਂ ਚਾਹ ਨੂੰ ਜੀ ਕਰਦਾ ਰਹਿੰਦਾ ਵੀ ਚਾਹ ਪੀ ਲਾ ਨਾ, ਇੱਥੇ ਆਪ ਬਥੇਰਾ ਬਣਦਾ ਗਾ, ਰੋਜ਼ ਕੈਪਸੂਲ ਲਈਦੇ ਨੇਗੇ, ਤਾਂ ਵੀ ਐਂ ਲੱਗੂ ਵੀ ਚਾਹ ਪੀਏ। ਕੁਲਵਿੰਦਰ ਜਿਹੜੀ ਨੇ ਫੋਨ ਕਰਿਆ ਜੀ, ਕਈ ਦਿਨ ਹੋ ਗਏ ਯਾਰ, ਚਲ ਮੰਮੀ ਸਾਹਮਣੇ ਬੈਠੇ ਕਰਦੇ ਗੱਲ ਇਸਤੇ ਵਾਸਤੇ। ਹੈ ਮੰਮੀ? ਹਾਂ ਬਤ, ਉਹ ਮੇਰੇ ਤਾਂ ਖਿਆਲ ਚੋਂ ਗੱਲ ਨਿਕਲ ਗਈ ਸੀ। ਅੱਛਾ, ਤੇ ਜਿਹੜੀ ਮੇਰੀ ਸਾਲੀ ਆ ਖੁਸ਼ੀ, ਹਾਂ ਵੀ ਆਪਣੇ ਹੁਣ ਬੱਗੇ ਦਾ ਆਈ ਸਾਰੇ ਦਾ ਪੜ੍ਹਾਈ ਵਾਲਾ, ਹਾਂ ਆਹੀ ਹਾਲ ਰਹਿੰਦਾ, ਚਲੇ ਤਾਂ ਸਾਲ ਚ ਪੜ੍ਹਾਈ ਹੋ ਜੂਗੀ। ਹਾਂ ਜੇ ਆਪਾਂ ਰਿਸ਼ਤਾ ਲੈ ਲਈਏ, ਉਹ ਮੈਨੂੰ ਕਿਹਾ ਸੀ ਕਹਿੰਦੇ ਪਹਿਲ ਵੀ ਤੁਹਾਡੀ ਹੈ। ਨਾ ਕੋਈ ਨਾ, ਆਪਾਂ ਉਹ ਕਰ ਲਾਂਗੇ, ਬੱਗੇ ਨੂੰ ਪੁੱਛ ਲਾਂਗੇ, ਉਹ ਤਾਂ ਮੈਂ ਉਦੋਂ ਗਈ ਸੀ, ਉਹ ਖਾਸੀ ਭਾਰੀ ਹੀ ਨਹੀਂ ਲੱਗਦੀ ਕੁੜੀ। ਨਹੀਂ ਮੰਮੀ ਐਵੇਂ ਲੱਗਿਆ ਤੈਨੂੰ ਭਾਰੀ ਤਾਂ ਕਹਣੂ, ਮੈਂ ਤਾਂ ਦੇਖੀ ਸੀ ਉਦੋਂ, ਮੈਨੂੰ ਤਾਂ ਖਾਸੀ ਨਿਗਰ ਜੀ ਲੱਗੀ। ਨਾ ਹੁਣ ਤਾਂ ਠੀਕ ਹੈ, ਤੇ ਉਹ ਆਏ ਆ ਰਿਸ਼ਤਾ ਹੋਰ ਵੀ ਫਿਰ ਮਿਲ ਜਾਣਗੇ ਆਪਾਂ ਨੂੰ, ਦੇਖੇ ਭਾਲੇ ਬੰਦੇ ਨੇ, ਉਹਨਾਂ ਆਪਣੇ ਬਾਰੇ ਪਤਾ ਤੇ ਆਪਾਂ ਨੂੰ ਉਹਨਾਂ ਬਾਰੇ ਪਤਾ। ਉਹ ਤਾਂ ਪਤਾ, ਕੋਈ ਨਾ ਪੁੱਤ ਆਪਾਂ ਬੱਗੇ ਨਾਲ ਰਾਏ ਕਰਕੇ ਨਾ ਫਿਰ ਆਪਾਂ ਉਹ ਕਰ ਲਾਂਗੇ, ਦੱਸ ਦਿਆਂਗੇ ਉਹਨਾਂ ਨੂੰ। ਨਾ ਬੱਗਾ ਕਿਹੜਾ ਮੈਂ ਦੁਬਾਰਾ ਕਰ, ਮੈਂ ਤਾਂ ਮੇਰੀ ਗੱਲ ਮੰਨ ਲੈਂਦਾ। ਉਹ ਤਾਂ ਮੰਨ ਲੈਂਦਾ ਤੇਰੀ ਗੱਲ, ਵੀ ਫਿਰ ਵੀ ਪੜ੍ਹਦਾ ਲਿਖਦਾ ਗਾ ਉਹ, ਫਿਰ ਐਂ ਹੋ ਜਾਂਦਾ ਨਾ ਵੀ ਮੇਰੀ ਰਾਏ ਨੀ ਲੈਤੀ ਹੈਗੀ, ਵੀ ਪਹਿਲਾਂ ਮੰਮੀ ਨੇ ਬਿੰਦਰ ਨੂੰ ਅਸੀਂ ਵਿਆਹ ਲਿਆ ਆਪਦੀ ਰਾਏ ਨਾਲ, ਵੀ ਹੁਣ ਆਪਦਾ ਮੇਰੇ ਬਾਰੇ ਉਹ ਆਪਦੀ ਰਾਏ ਕਰਦੀ ਹੈ। ਚਲ ਮੰਮੀ ਤੂੰ ਪੁੱਛੀ ਮਾੜਾ, ਮੇਰਾ ਫਿਰ ਵੀ ਫਰਕ ਹੈ, ਮਾਂ ਤਾਂ ਮਾਂ ਹੀ ਹੁੰਦੀ। ਹਾਂ ਮੈਂ ਪੁੱਛ ਲੂੰਗੀ, ਤੂੰ ਪੁੱਛ ਲਈ, ਮੈਂ ਪੁੱਛ ਲੂੰਗੀ। ਚਲ ਮੈਂ ਮੱਝਾਂ ਜਾਂ ਦੇਖਿਆ ਮਾੜਾ, ਤੂੰ ਭਿਰਖੜੀਆਂ ਨੂੰ ਬੰਨਿਆ ਦੇਖਿਆ ਪਤਾ।
ਲੈ ਵਿੰਦਰ ਭੱਜਿਆ ਆਇਆ, ਕਹਿੰਦਾ ਕਿ ਮੰਮੀ ਤੈਨੂੰ ਗੱਲ ਦੱਸਾਂ, ਕਰਿਆ ਮੇਰੇ ਸਹੁਰੇ ਨੇ ਕਹਿੰਦਾ ਫੋਨ, ਕਹਿੰਦਾ ਬੱਗੇ ਨੂੰ ਰਿਸ਼ਤਾ ਲੈ ਲਾ। ਲੈ ਮੈਂ ਬੱਗੇ ਨੂੰ ਆਏ ਰਿਸ਼ਤਾ ਕਿਵੇਂ ਲੈਣੀ ਆ, ਪਹਿਲਾਂ ਵਿੰਦਰ ਨੇ ਮਗਰ ਲੱਗ ਕੇ ਉਹ ਕਰਤਾ, ਕਹਿੰਦਾ ਕੁੜੀ ਸੋਹਣੀ ਹੈਗੀ ਮੈਂ ਉਹਦਾ ਰਿਸ਼ਤਾ ਲਊਂਗਾ, ਜੇ ਮੇਰੇ ਮਗਰ ਲੱਗਦਾ ਵਿੰਦਰ ਮੈਂ ਜਮਾਂ ਨਹੀਂ ਸੀ ਉਹ ਕਰਦੀ ਰਿਸ਼ਤਾ ਲੈਂਦੀ, ਮੈਂ ਪੂਰਾ ਦਾਜ ਦਹੇਜ ਲੈਂਦੀ ਉਦੋਂ। ਇਹਨਾਂ ਨੇ ਆਏ ਛਿੱਤਰ ਨਾਲ ਘੁੱਗੀ ਕੁੱਟ ਲਈ, ਹੁਣ ਕਹਿੰਦੇ ਆ ਕਿ ਬੱਗੇ ਨੂੰ ਰਿਸ਼ਤਾ ਲੈ ਲਾ, ਐਂ ਮੈਂ ਬੱਗੇ ਨੂੰ ਰਿਸ਼ਤਾ ਥੋੜਾ ਲੈਣੀ ਹੈਗੀ, ਐਂ ਮੈਂ ਹੁਣ ਦਾਜ ਲਊਂਗੀ, ਐਂ ਉਹ ਕਰੂੰਗੀ ਮੈਂ। ਬਣ ਗਿਆ ਉਹਨੇ ਚਾਹ? ਹਾਂ ਮੰਮੀ ਲੈ ਚਾਹ। ਬਾਈ ਆਵਣ ਇੱਥੇ, ਬਾਈ ਬੋਲੀਆਂ ਸੀ ਬੀਬੀ, ਉਹਦਾ ਮੱਝਾਂ ਦੇਖਣ ਲੱਗ ਗਿਆ ਉਧਰ। ਅਮਨ ਤੇਰੇ ਨਾਲ ਇੱਕ ਗੱਲ ਕਰਨੀ ਸੀ ਮੈਂ, ਜਿਹੜੀ ਤੇ ਇੱਥੋਂ ਛੋਟੀ ਸੀ ਤੇਰੀ ਭੈਣ, ਉਹਦੀ ਪੜ੍ਹਾਈ ਪੜੂਈ ਪੂਰੀ ਹੋ ਗਈ ਤੇ ਰਿਸ਼ਤਾ ਰੁਸ਼ਤਾ ਦੇਖਦੇ ਹੋਵੋਗੇ ਤੁਸੀਂ ਉਹਦਾ? ਹਾਂ ਮੰਮੀ, ਉਹ ਤਾਂ ਬੀਐਡ ਦੀ ਤਿਆਰੀ ਕਰੀ ਜਾਂਦੀ ਹੈ, ਰਿਸ਼ਤੇ ਰੁਸ਼ਤੇ ਦੀ ਕੋਈ ਗੱਲ ਮੈਂ ਸੁਣੀ ਨਹੀਂ ਹੈਗੀ, ਬਾਕੀ ਪੁੱਛ ਲਾਂਗਾ ਇਹਨਾਂ ਨੂੰ। ਅਮਨ ਮੈਂ ਤੇਰੇ ਨਾਲ ਗੱਲ ਕਰਦੀ ਹਾਂ, ਤੂੰ ਆਪਦੇ ਡੈਡੀ ਨੂੰ ਗੱਲ ਕਰੀ ਵੀ ਜੇ ਰਿਸ਼ਤਾ ਕਰਨਗੇ ਆਪਾਂ ਬੱਗੇ ਨੂੰ ਰਿਸ਼ਤਾ ਲੈ ਲਾਂਗੇ, ਹੈ ਵੀ ਬੱਗੇ ਨੂੰ ਆਪਾਂ ਨੌਕਰੀ ਤੇ ਲਾਵਾਂਗੇ, ਪੜ੍ਹਾਵਾਂਗੇ। ਕੋਈ ਨਾ ਮੰਮੀ, ਮੈਂ ਆਥਣੇ ਨਾ ਫੋਨ ਲਾਉਂਗੀ ਤੇ ਪੁੱਛੂ ਡੈਡੀ ਨੂੰ। ਲੈ ਮੰਮੀ ਚਾਹ ਪੀ ਲਈ? ਹਾਂ ਮੈਂ ਗਲਾਸ ਭਰੇ ਹੋਣੀ। ਚੰਗਾ ਚੰਗਾ, ਜੇ ਅਮਨ ਦੀ ਭੈਣ ਦਾ ਰਿਸ਼ਤਾ ਹੋ ਜੇ ਵਧੀਆ ਹੈਗਾ, ਨਹੀਂ ਤਾਂ ਗੁਰਪ੍ਰੀਤ ਨੂੰ ਜ਼ੋਰ ਪਾ ਦੂੰਗੀ ਵੀ ਗੁਰਪ੍ਰੀਤ ਤੂੰ ਆਪਦੀ ਸਾਲੀ ਦਾ ਰਿਸ਼ਤਾ ਕਰਾ ਦੇ, ਹੁਣ ਤਾਂ ਅਮਨ ਨੂੰ ਦਾਜ ਜ਼ਿਆਦੀ ਦੇਣਗੇ, ਬੱਗੇ ਨੂੰ ਰਿਸ਼ਤਾ ਲੈ ਲੂੰਗੀ, ਬੱਗੇ ਨੂੰ ਪੜ੍ਹਾਉਂਗੀ, ਵਧੀਆ ਨੌਕਰੀ ਤੇ ਲਾਉਂਗੀ, ਅਮਨ ਦੀ ਭੈਣ ਦਾ ਰਿਸ਼ਤਾ ਲੈ ਲੂੰਗੀ, ਨਹੀਂ ਦਾਜ ਦਹੇਜ ਪੂਰਾ ਦੇਣਗੇ। ਮੰਮੀ ਕੁਲਵਿੰਦਰ ਕਿੱਥੇ ਆ? ਅੰਦਰ ਅਬ ਤਾਂ ਚਾਹ ਪੀਂਦੀਆਂ ਨੇ, ਅਸੀਂ ਉਰੇ ਚਾਹ ਪੀ ਲਿਓ, ਅੰਦਰ ਚਾਹ ਪੀ ਲਿਓ। ਅੱਛਾ ਚਲ ਦੇਖਦਾ ਅੰਦਰ। ਮੰਨੇ ਮੱਝਾਂ? ਹਾਂ ਮੰਨੇ। ਉਹ ਚਾਹ ਨਾ ਠੰਡੀ ਹੋ ਜਾਏ, ਮੈਂ ਤਾਂ ਉਹਦੀ ਪਾ ਲਈ ਸੀਗੀ, ਤੁਸੀਂ ਉਧਰ ਵਗ ਗਏ। ਹਾਂ ਤੇ ਕਹੋ ਸੀਗਾ, ਡੈਡੀ ਦਾ ਫੋਨ ਆਇਆ ਤੇਰੇ ਦਾ? ਅੱਛਾ ਤੇ ਤੇਰੇ ਨਾਲ ਤਾਂ ਗੱਲ ਹੋਈ ਕੋਈ? ਨਾ ਜੀ, ਮੇਰੇ ਨਾਲ ਤਾਂ ਨਹੀਂ ਗੱਲ ਹੋਈ ਕੋਈ। ਅੱਛਾ, ਉਹ ਰਿਸ਼ਤੇ ਵਾਸਤੇ ਕਹਿੰਦਾ ਸੀ? ਕੀ ਰਿਸ਼ਤਾ? ਖੁਸ਼ੀ ਦੇ ਰਿਸ਼ਤੇ ਵਾਸਤੇ, ਤੇਰੀ ਭੈਣ ਛੁੱਟੀ ਵਾਸਤੇ। ਅੱਛਾ, ਵੀ ਅਸੀਂ ਦੇਖਦੇ ਫਿਰ, ਤੇਰੀ ਪਹਿਲ ਤੇਰੀ ਹੈ ਜੇ ਤੂੰ ਕਰਾ ਦੇ, ਹਨਾ? ਅੱਛਾ ਹਾਂ, ਨਾ ਮੇਰੇ ਕੋਲ ਤਾਂ ਕੋਈ ਗੱਲ ਨਹੀਂ ਹੋਈ ਰਿਸ਼ਤੇ ਦੀ, ਫਿਰ ਮੇਰੇ ਨਾਲ ਗੱਲ ਹੋਈ, ਫੋਨ ਤੇ ਹੋਈ ਸੀ ਮੇਰੀ ਗੱਲ। ਅੱਛਾ ਜੀ, ਕਹਿੰਦਾ ਰਿਸ਼ਤੇ ਆਪਾਂ ਹੁਣ ਦੇਖਦੇ ਫਿਰਦੇ ਆ, ਵੀ ਜੇ ਪਹਿਲ ਤੇਰੀ ਹੈ ਜੇ ਤੂੰ ਕਰਾ ਦੇ ਹਾਂ ਤਾਂ ਚੰਗੀ ਗੱਲ। ਚਲ ਫਿਰ, ਉਹ ਕਹਿੰਦੇ ਸੀਗੇ ਵੀ ਆਪਣੇ ਘਰੇ ਹੀ ਕਹਿੰਦੇ ਸੀਗੇ ਬੱਗੇ ਨੂੰ, ਆਪਣੇ ਘਰੇ ਬੱਗੇ ਨੂੰ ਕਹਿੰਦੇ ਵੀ ਦੇਖਿਆ ਭਲਾ ਥਾਂ ਹੈਗਾ। ਅੱਛਾ, ਫਿਰ ਤਾਂ ਕਿਹੜਾ ਮਿਲ ਜਾਂਦਾ ਨੇ ਕਿ ਥਾਂ ਤਾਂ ਅੱਗੇ ਟੋਰੀ ਹੋਈ ਜਾਂਦੀ, ਵੀ ਤਸੱਲੀ ਵਾਲੇ ਬੰਦੇ ਨੇ। ਉਹ ਤਾਂ ਹੈ ਜੀ, ਹੁਣ ਆਪਣੀ ਪੁਰਾਣੀ ਰਿਸ਼ਤੇਦਾਰੀ ਕਿੱਦਾਂ ਦੀ, ਹੁਣ ਉਹਨੂੰ ਬੱਗੇ ਬਾਰੇ ਵੀ ਸਾਰਾ ਪਤਾ ਹੈਗਾ, ਤੇ ਵੀ ਸਿਆਣਾ ਹੈਗਾ ਮੁੰਡਾ, ਕੁਛ ਨਸਾਂ ਨੀ ਪਤਾ ਨੀ ਕਰਦਾ ਜੀ, ਤੇ ਬਾਕੀ ਆਪਣੇ ਪਰਿਵਾਰ ਦੇ ਰਲਿਆ ਮਿਲਿਆ ਹੋ ਗਿਆ, ਤੇ ਐਂ ਕਹਿੰਦੇ ਹੋਣਗੇ, ਪਰ ਮੇਰੇ ਨਾਲ ਨੀ ਹੋਈ ਬਾਪੂ ਦੀ ਗੱਲ ਕੋਈ। ਤੇ ਫਿਰ ਮੰਮੀ ਕੋਲ ਗੱਲ ਕਰੀ? ਕਰੀ ਸੀ ਗੱਲ ਤਾਂ। ਅੱਛਾ, ਖੁਸ਼ ਹੋ ਕੇ ਕਿਹਾ ਜਾਣੇਗਾ ਵੀ ਹਾਂ ਰਿਸ਼ਤਾ ਲੈ ਲੂੰਗਾ, ਕਹਿੰਦੇ ਪੁੱਛੋਗੇ ਬੱਗੇ ਨੂੰ, ਐਂ ਜਿਵੇਂ ਤਾਂ ਮੈਂ ਬੱਗਾ ਮੈਥੋਂ ਬਾਹਰ ਹੈਗਾ, ਕਹਿੰਦੇ ਬੱਗੇ ਨੂੰ ਪੁੱਛੋ, ਕਹਿੰਦੇ ਬੱਗੇ ਨੂੰ ਪੁੱਛਾਂਗੇ। ਅੱਛਾ, ਐਂ ਜੀ ਗੱਲ ਗੋਲ ਜੀ ਗੱਲ ਕਰਤੀ, ਮੈਨੂੰ ਮੰਮੀ ਸਮਝ ਨਹੀਂ ਵੀ ਐਂ ਕਹਿ ਦਾ, ਇਹਦੇ ਨਾਲ ਮੱਝੇ ਵੱਲੋਂ ਬੱਗ ਇੱਧਰ। ਅੱਛਾ, ਚਲੋ ਬੱਗੇ ਨੇ ਅੱਗੇ ਤਾਂ ਕਿਹੜਾ ਸੋਥੋਂ ਪੁੱਛ ਕੇ ਰਿਸ਼ਤੇ ਲੈਤੇ ਸੀ ਵੀ ਮੰਮੀ ਨੇ, ਹਨਾ ਲੈਤੇ ਤਾਂ ਅੱਜ ਮਰਜ਼ੀ ਨਾਲ ਹੀ ਹੋਣਗੇ, ਹੋਰ ਹੁਣ। ਹਾਂ ਚਲ ਕੋਈ ਨਾ, ਫਿਰ ਉਹੀ ਗੱਲ ਹੈ, ਗੱਲ ਤਾਂ ਮੰਮੀ ਨੂੰ ਛੇੜੂ ਪਹਿਲਾਂ। ਹਾਂ ਹਾਂ, ਪਰ ਤੁਸੀਂ ਇਹ ਗੱਲ ਤੇ ਗੌਰ ਕਰ ਲਿਆ, ਚੰਗੀ ਗੱਲ ਹੈ ਜੀ ਵੀ ਭੈਣ ਦਾ ਰਿਸ਼ਤਾ ਹੋ ਜੇ। ਮੈਂ ਤਾਂ ਕਿਹਾ ਸੀ ਦੇਖੀ ਭਾਈ ਰਿਸ਼ਤਾ ਮਾਂ ਵਧੀਆ। ਹਾਂ, ਮੈਂ ਉਹਨਾਂ ਆਪਣੇ ਬਾਰੇ ਪਤਾ, ਆਪਾਂ ਨੂੰ ਉਹਨਾਂ ਬਾਰੇ ਪਤਾ ਹੈਗਾ, ਤਾਂ ਹੀ ਤਾਂ ਕਹਿੰਦੇ ਆ ਵੀ ਅਸੀਂ ਤਾਂ ਦੋਨੇ ਭੈਣਾਂ ਇੱਕੋ ਜਿਹੀਆਂ ਹੋ ਜਾਵਾਂਗੀ, ਕਿਉਂ ਆਮਣ ਤੋਂ ਕੰਮ ਘੱਟ ਹੁੰਦਾ। ਹਾਂ ਹਾਂ, ਤੇ ਅਸੀਂ ਤਾਂ ਇਹ ਚ ਪੂਰਾ ਵਧੀਆ ਕੰਮ ਚਲਾਵਾਂਗੇ ਆਪਣੇ ਘਰ ਦਾ।
ਉਹ ਚੱਲ ਜੇ ਦੋ ਭੈਣਾਂ ਇਕੱਠੀਆਂ ਹੋ ਜਾਈਆਂ 10 ਸਾਲ ਵੱਧ ਲੰਘ ਜਾਣਗੇ, ਖਰਾਕ ਰਹਿੰਦਾ ਭਾਈਆਂ ਦਾ ਭੈਣਾਂ ਦਾ, ਖਰਾਕ ਰਹਿੰਦਾ ਕੁਛ ਉਹ ਵੱਧ ਪੜ੍ਹੀ ਹੈ ਮੇਰੇ ਨਾਲੋਂ, ਮੈਂ ਭਾਵੇਂ ਚੱਲ ਘੱਟ ਹੀ ਪੜ੍ਹੀ ਹੈ ਤੇ ਪੜ੍ਹਾਈ ਲਿਖਾਈ ਕਰਨੀ ਦੇਖ ਜੇ ਕੋਈ ਹਿਸਾਬ ਕਿਤਾਬ ਕਰਨੀ ਉਹ ਸਾ ਰੱਖਿਆ ਕਰੂੰਗੀ, ਠੀਕ ਹੈ, ਤੇ ਕੰਮ ਧੰਦੇ ਕਰਨੀ ਮੈਂ ਵੱਧ ਰੱਖਿਆ ਕਰੂੰਗੀ ਖਿਆਲ। ਕਿਹਾ ਤਾਂ ਪਰ ਮੰਮੀ ਨੂੰ ਇਹ ਕਹਿੰਦਾ ਮੰਮੀ ਜੇ ਮੈਂ ਹਾਂ ਕਰੂੰ ਫੇਰ ਹੀ ਹੈ, ਆਪਾਂ ਤਾਂ ਇਹ ਕਹਿ ਵੀ ਨਹੀਂ ਸਕਦੇ। ਹਾਂ ਇਹ ਤਾਂ ਗੱਲ ਹੈਗੀ ਹੈ, ਕਰੂੰਗੀ ਤਾਂ ਮੰਮੀ ਨੂੰ ਗੱਲ, ਚੱਲ ਕੋਈ ਨਾ ਕਰੇ ਫੇਰ ਗੱਲ ਸਿਰ ਕੇ ਦੇਖ ਲਿਓ, ਤੇ ਬਾਪੂ ਨੂੰ ਹਜੇ ਜਵਾਬ ਸਵਾਲ ਤੁਸੀਂ ਦਿਓ ਨਾ ਮੋੜ ਕੇ ਹਜੇ ਗੱਲ ਦਾ ਜਵਾਬ, ਪਰ ਮੈਂ ਕਿਵੇਂ ਦੇਵਾਂ ਮੰਮੀ ਕੇ ਰਾਏ ਕਰਕੇ ਦੱਸੋ। ਹਾਂ ਜਿੰਨਾ ਚਿਰ ਮੰਮੀ ਸਾਨੂੰ ਗੱਲ ਦਾ ਰਹਿ ਤੇ ਰਹੇਗੀ ਹੁਣ, ਹਾਂ ਉਹਨਾਂ ਚਿਰ ਨਾ ਕੋਈ ਗੱਲ ਕਰਿਓ। ਲੈ ਵਿੰਦਰ ਨਾ ਜ਼ੋਰ ਪਾਈ ਜਾਂਦਾ ਗਾ ਬੱਗੇ ਦੇ ਸਾਖ ਤੇ, ਮੈਂ ਬੱਗੇ ਨੂੰ ਆਖੂ ਵੀ ਤੂੰ ਵਿੰਦਰ ਦੀਆਂ ਗੱਲਾਂ ਚ ਨਾ ਜੀ, ਵੀ ਮੰਮੀ ਆਪੀ ਕਰੂਗੀ ਜਿਹੜਾ ਕੁਛ ਕਰੂਗੀ, ਤੂੰ ਹਾਂ ਨਾ ਕਰੀ। ਲੈ ਉਹ ਆ ਗਿਆ ਬੱਗਾ ਵੀ, ਮੈਂ ਉੱਤੇ ਕਿ ਵੀ ਪਾਣੀ ਪੀਏ ਪਹਿਲਾਂ ਜਾ ਕੇ ਰਿਸ਼ਤਾ ਭਾਬੀ। ਅੱਜ ਮੇਰੇ ਪੇਕਿਆਂ ਤੋਂ ਫੋਨ ਆ ਗਿਆ, ਮੇਰੇ ਛੋਟੀ ਭੈਣ ਦਾ ਰਿਸ਼ਤਾ ਦੇਖਦੇ ਨੇ, ਉਹ ਕਹਿੰਦੇ ਵੀ ਇੱਥੇ ਬੱਗੇ ਨੂੰ ਕਰਾਂਗੇ ਅਸੀਂ ਤਾਂ। ਜ਼ੋਰ ਪਾਉਂਦੇ ਨੇ, ਕਦੇ ਵਿੰਦਰ ਕਹਿਣ ਲੱਗ ਜਾਂਦਾ, ਕਦੇ ਕੁਲਵਿੰਦਰ ਕਹਿਣ ਲੱਗ ਜਾਂਦੀ ਆ, ਇਹਨਾਂ ਦੀਆਂ ਗੱਲਾਂ ਚ ਨਾ ਜੀ। ਤੂੰ ਐ ਕਹਿੰਦੀ ਕਹਿ ਮੇਰੀ ਮੰਮੀ ਕਰੂਗੀ ਜਿਹੜਾ ਕੁਛ ਕਰੂਗੀ ਨਾ, ਕੋਈ ਨਾ। ਹਾਂ ਪਹਿਲਾਂ ਵਿੰਦਰ ਨੂੰ ਨੀ ਕੁਛ ਦਿੱਤਾ ਸੀ, ਹੁਣ ਇਹਨਾਂ ਨੂੰ ਆਇਆ ਵੀ ਅਸੀਂ ਬੱਗੇ ਨੂੰ ਕਰ ਦੇਈਏ, ਬੱਗੇ ਨੂੰ ਨੀ ਕੁਛ ਦੇਣਾ, ਇਹਨਾਂ ਨੂੰ ਹਾਂ ਨਾ ਕਰਦੀ ਤੂੰ ਕਿਤੇ ਰਿਸ਼ਤੇ ਨੂੰ। ਰਿਸ਼ਤਾ ਲੈਣਾ ਨੀ ਹੈਗਾ, ਬਾਕੀ ਗੱਲਾਂ ਆ ਜੇ ਭਾਬੀ ਕਰਾਉਂਦੀ, ਇਹਨਾਂ ਦਾ ਸੁਭਾਅ ਵਧੀਆ, ਬੰਦੇ ਵਧੀਆ ਨੇ, ਉਹ ਭੱਜ ਕੇ ਮਿਲਦੇ ਨੇ ਜੋ ਜਾਣਿਆਗੇ। ਬਣਿਆ ਭੱਜ ਕੇ ਮਿਲਣ ਦਾ, ਪਹਿਲਾਂ ਵਿੰਦਰ ਨੂੰ ਨੀ ਕੁਛ ਦਿੱਤਾ ਹੈਗਾ, ਹੁਣ ਤੈਨੂੰ ਨੀ ਕੁਛ ਦੇਣਾ, ਕੱਲ ਨੂੰ ਤੂੰ ਮੈਥੋਂ ਗੱਡੀ ਭਾਲੇਗਾ, ਮੈਂ ਗੱਡੀ ਤੈਨੂੰ ਕਿੱਥੋਂ ਲੈ ਕੇ ਦੇਊਂਗੀ, ਇਹਨਾਂ ਨੂੰ ਤਾਂ ਵਿੰਦਰ ਨੂੰ ਕੁਛ ਨੀ ਸੀ ਦਿੱਤਾ। ਲੈ ਦੱਸ ਮੰਮੀ ਲੈਣ ਦੇਣ ਨੂੰ ਕੀ ਆ, ਮੈਨੂੰ ਤਾਂ ਕੋਈ ਫਰਕ ਨੀ ਲੱਗਦਾ ਲੈਣ ਦੇਣ ਚ, ਬਾਕੀ ਤੇਰੀ ਮਰਜ਼ੀ ਆ। ਤੈਨੂੰ ਨੀ ਲੱਗਦਾ ਪੁੱਤ ਦੇਣ ਲੈਣ ਨੂੰ ਫਰਕ, ਪਹਿਲਾਂ ਵਿੰਦਰ ਨੂੰ ਵੀ ਨੀ ਕੁਛ ਦਿੱਤਾ, 10 ਕਿੱਲੇ ਤੈਨੂੰ ਆਉਂਦੇ ਨੇ, 10 ਵਿੰਦਰ ਨੂੰ ਆਉਂਦੇ ਨੇ ਗੇ, ਪਹਿਲਾਂ ਉਹਨਾਂ ਨੇ ਚੁੰਨੀ ਚੜਾ ਵੀ ਕਰਤਾ ਬਰਾਤ ਦਾ, ਅਸੀਂ 250 ਬੰਦਾ ਕਿਹਾ ਸੀਗਾ, ਉਹ ਕਹਿੰਦੇ ਸਾਡੇ ਤਾਂ ਚੁੰਨੀ ਚੜਾਵੇ ਦਾ ਰਿਵਾਜ਼, ਅਸੀਂ ਤਾਂ ਚੁੰਨੀ ਚੜਾ ਕੇ ਤੋਰਾਂਗੇ। ਪੁੱਤ ਵਿੰਦਰ ਨੀ ਮੰਨਿਆ ਹੈਗਾ, ਪਹਿਲਾਂ ਵਿੰਦਰ ਕਹਿੰਦਾ ਮੈਨੂੰ ਸੋਹਣੀ ਕੁੜੀ ਚਾਹੀਦੀ ਹੈਗੀ, ਉਹਨਾਂ ਨੇ ਗਾਹਾਂ ਬੁੜੀਆਂ ਮੈਨੂੰ ਪੁੱਛਣ ਵਿਆਹ ਵੇਲੇ, ਕਹਿੰਦੀਆਂ ਕਿ ਤੈਨੂੰ ਕੁਛ ਪਾਇਆ ਨੀਗਾ, ਮੈਂ ਆਖਿਆ ਭਾਈ ਕੁਛ ਨੀ ਪਾਇਆ ਹੈਗਾ, ਇਹਦੇ ਉਹੋ ਜਿਹਾ ਤੇਰੇ ਵਿਆਹ ਵੇਲੇ ਕਰਨਗੇ, ਤੈਨੂੰ ਨੀ ਕੁਛ ਪਾਉਣਾ ਹੈਗਾ। ਅੱਛਾ ਮੰਮੀ ਇਹ ਬੁੜੀਆਂ ਦੀਆਂ ਗੱਲਾਂ ਤਾਂ ਫਿਰ ਮੈਨੂੰ ਕੀ ਪਤਾ ਹੈਗਾ, ਹੋਰ ਇਹਨਾਂ ਨੇ ਤਾਂ ਕੁਛ ਨੀ ਸੀ ਪਾਇਆ ਹੈਗਾ, ਕੱਲੀ ਸੋਹਣੀ ਸੋਹਣੀ ਕੁੜੀ ਤੇ ਹੀ ਡੁੱਲ ਗਿਆ। ਦੇਖ ਲੈ ਪੁੱਤ ਜੇ ਗੁਰਪ੍ਰੀਤ ਮੇਰੇ ਆਖੇ ਲੱਗਿਆ ਸੀ, ਨਹੀਂ ਤਾਂ ਸਮਾਨ ਦੇਸ਼ ਦਾ ਦਿੱਤਾ ਗਾ ਉਹਨੂੰ, ਉਹ ਚੰਡੀਗੜ੍ਹ ਡਿਊਟੀ ਹੈਗੀ, ਗੱਡੀਆਂ ਤੇ ਘੁੰਮਦਾ ਫਿਰਦਾ ਗਾ, ਨਹੀਂ ਘਰ ਭਰਤਾ ਸਮਾਨ ਦਾ, ਅਮਨ ਦਾ ਰੰਗ ਹੀ ਪੱਕਾ ਸੀ ਥੋੜਾ ਜਿਹਾ। ਚੱਲ ਤੇਰੀ ਮਰਜ਼ੀ ਆ ਮੰਮੀ, ਮੈਂ ਤਾਂ ਕੱਪੜੇ ਕੁਪੜੇ ਪਾ ਲਾ ਬੰਦ ਹੋਇਆ ਸੀ। ਲੈ ਮੇਰੀ ਮੰਮੀ ਵੀ ਨਾ ਬੰਦੇ ਨੀ ਦੇਖਦੇ ਕਿ ਚੰਗੇ ਮਾੜੇ, ਜਿੱਧਰ ਲਾਲਚ ਹੁੰਦਾ ਉੱਧਰ ਬੜਾ ਡਿੱਗ ਗਿਆ ਜਾ ਕੇ, ਲਾਲਚਣ ਵਾਲੀ ਆ। ਭਾਬੀ ਕੱਪੜੇ ਲੈ ਕੇ ਦਿਓ। ਲੈ ਬੱਗੇ ਕੱਪੜੇ ਨਾ ਲਾ ਬਈ, ਗਰਮੀ ਵਾਲੀ ਹੈਗੀ, ਨਾ ਕੇ ਪਾ ਲਈ, ਨਾ ਕੀ ਪਾ ਕੇ ਆਉਣਾ। ਸਰੀਰ ਜਿਹਾ ਸੈੱਟ ਹੋ ਗਿਆ, ਬੜੀ ਗਰਮੀ ਜੀ ਲੱਗੀ ਜਾਂਦੀ ਸੀ। ਦਸ ਕੁ ਮਿੰਟ ਸੌਂ ਕੇ ਨਾ ਸਰੀਰ ਜਿਹਾ ਲੋਟ ਹੋ ਜਾਂਦਾ। ਕਿਉਂ ਬੱਗੇ ਪੜਿਆ ਆ? ਹਾਂ ਬਈ ਪੜਿਆ ਆ, ਵਧੀਆ।
ਕੁਲਵਿੰਦਰ ਪਾਣੀ ਲੈ ਆਓ ਤੇ ਵਧੀਆ ਚੱਲਦੀ ਪੜ੍ਹਾਈ। ਹਾਂ ਬਾਈ ਵਧੀਆ ਚੱਲਦੀ ਪੜ੍ਹਾਈ। ਚਲੋ ਚੰਗੀ ਗੱਲ ਹੈ। ਕਦੋਂ ਕਾ ਗਿਆ ਸੀਗਾ? ਹਾਂ ਹੁਣ ਹੀ ਆਇਆ, ਬਸ ਥੋੜਾ ਟਾਈਮ ਹੀ ਹੋਇਆ। ਅੱਛਾ ਤੁਸੀਂ ਤਾਂ ਪੈ ਗਏ ਸੀ। ਹੋਰ ਮੈਂ 10 ਮਿੰਟ ਆਤ ਜੀ ਬਣੀ ਹੋਈ ਹੈ ਪਹਿਲਾਂ, ਮੈਂ 10 ਮਿੰਟ ਹੀ ਹੁੰਦਾ, ਫਿਰ ਸਰੀਰ ਦੇ ਲੋਡ ਹੋਣੇ ਦੇ ਨਾਲ। ਹਾਂ ਹੋਰ ਮੈਂ ਖੇਡ ਜਾ ਕੇ ਮਾਰ ਲੈਂਦਾ ਪਹਿਲੇ ਤੋਂ ਹੀ ਕਰ ਦਿੰਦਾ। ਲੈ ਬਣੂ ਲੈ ਬੱਗੇ ਤੈਨੂੰ ਆਏ ਕਹਿੰਦਾ ਸੀ ਮੈਂ। ਹਾਂ ਬਾਈ ਇੱਕ ਕੁਲਵਿੰਦਰ ਦੇ ਡੈਡੀ ਦਾ ਆਇਆ ਸੀਗਾ ਫੋਨ। ਹਾਂ ਉਹਨੂੰ ਵੀ ਪਤਾ ਹੀ ਆ ਆਪਣਾ ਪਰਿਵਾਰ ਕਿਹੋ ਜਿਹਾ, ਤੂੰ ਵੀ ਦੇਖ ਨਰਮ ਹੈ ਹਨਾ। ਹਾਂ ਹਾਂ ਤੇ ਪਰਿਵਾਰ ਉਹਨਾਂ ਦਾ ਵੀ ਨਰਮ ਹੈਗਾ, ਤੂੰ ਬਿਨਾਂ ਜਾਂਦਾ ਵੀ ਰਿਹਾ ਸੀਗਾ। ਹਾਂ ਜੇ ਤੂੰ ਰਿਸ਼ਤਾ ਕਰਾ ਦੀਏ ਕੁਲਵਿੰਦਰ ਦੀ ਛੋਟੀ ਭੈਣ ਦਾ। ਹਾਂ ਹਾਂ ਆ ਜਾਣਾ ਬਾਈ, ਪਤਾ ਕੀ ਗੱਲ ਆ ਤੈਨੂੰ ਵੀ ਪਤਾ, ਦੇਖ ਆਪਣਾ ਡੈਡੀ ਤਾਂ ਹੈ ਨੀਗਾ ਹਨਾ। ਉਹ ਤਾਂ ਮੈਨੂੰ ਪਤਾ ਬਾਈ। ਹਾਂ ਇਹ ਰਿਸ਼ਤੇ ਬਾਰੇ ਤਾਂ ਗੱਲ ਮੰਮੀ ਕਰੂਗੀ, ਉਹਨਾਂ ਨਾਲ ਰਾਇ ਕਰਕੇ ਤੈਨੂੰ ਦੱਸ। ਨਾ ਮੰਮੀ ਨੇ ਵੀ ਮੈਂ ਗੱਲ ਕਰੀ ਸੀ। ਹਾਂ ਉਹ ਕਹਿੰਦੀ ਰਾਇ ਕਰਕੇ ਦੱਸਦਾ, ਫਿਰ ਮੈਂ ਤੇਰੇ ਤੋਂ ਹੀ ਪੁੱਛਣ ਦਾ ਫਰਜ਼ ਬਣਦਾ ਜੇ ਤੂੰ ਤੇਰਾ ਮਨ ਮੰਨੇ ਕਾਲਜ ਅੱਜ ਕੱਲ੍ਹ ਜਵਾਕ ਤਾਂ ਕੀ ਕਰਦੇ ਨੇਗੇ, ਦੱਸੇ ਪੁੱਛੇ ਬਣੀ ਕਰਾ ਲੈਂਦੇ ਨੇ, ਕਿਤੇ ਮੈਂ ਉਹਦਾ ਜੋਰ ਲਾਈ ਜਾਵਾਂ ਵੀ ਤੂੰ ਕਹਿੰਦਾ ਕਦੇ ਗੱਲ ਹੋਰ ਕਰੀ ਬੈਠਾ ਹੋਵਾਂ। ਨਾ ਆਇਆ ਬਈ ਮੰਮੀ ਤੋਂ ਬਿਨਾਂ ਨਹੀਂ ਮੈਨੂੰ ਕਰਦਾ, ਮੰਮੀ ਨਾਲ ਰਾਇ ਕਰਕੇ ਨਾ ਤੁਸੀਂ ਫੇਲ ਕਰੂੰਗਾ। ਅੰਨਾ ਕਿਹਾ ਤਾਂ ਮੰਮੀ ਵੀ ਆਈ ਆ, ਮੈਨੂੰ ਕਹਿੰਦੀ ਰਾਇ ਕਰਕੇ ਦੱਸਾਂਗੇ ਅਸੀਂ। ਅੱਗੇ ਵੀਰੇ ਮੰਮੀ ਨਾਲ ਗੱਲ ਰਾਇ ਕਰਨੀ ਤਾਂ ਜ਼ਰੂਰੀ ਹੈ। ਹਾਂ ਹਾਂ ਕਿਉਂ ਮੰਮੀ ਘੇਰੀ ਜੇ ਬੈਠੇ ਹੋਗੇ ਬੱਗੇ ਨੂੰ। ਮੰਮੀ ਘੇਰਾ ਦਾ ਕੀ ਹੈ ਤਾਂ ਐ ਸੀਗਾ, ਮੈਂ ਅੱਜ ਕੱਲ੍ਹ ਜਵਾਕ ਪਤਾ ਕੀ ਕਾਲਜ ਕੁਲਜ ਪੜ੍ਹਦੇ, ਰਿਸ਼ਤੇ ਦੀ ਮੈਂ ਗੱਲ ਪੁੱਛ ਲਈ ਕਿਤੇ ਕੋਈ ਉੱਥੇ ਨਾਲ ਗੱਲਬਾਤ ਹੋਵੇ। ਆਏ ਕਾਲਜ ਚ ਕਿਵੇਂ ਗੱਲ ਹੋਊਗੀ ਇਹਦੀ, ਮੇਰੇ ਬਿਨਾਂ ਪੁੱਛੇ ਕਿਵੇਂ ਕਾਲਜ ਚ ਗੱਲ ਕਰ ਲੂਗਾ ਇਹ ਕਿਸੇ ਕੁੜੀ ਨਾਲ। ਮੰਮੀ ਤੋਂ ਵੀ ਗਰਮ ਹੋ ਜਾਂਦੀ ਹੈ, ਮੈਂ ਪੁੱਛੀ ਜਾਂ ਮੇਰਾ ਭਾਈ ਹੈ ਫਿਰ ਕਿਉਂ ਪੁੱਛਿਆ? ਕਿਵੇਂ ਪੁੱਛਿਆ ਗਿਆ ਤੁਸੀਂ ਤਾਂ ਵੀ ਕਹਿ ਕੇ ਬਹਿ ਜਾਂਦੇ ਉਹਨੂੰ ਲੈ ਕੇ ਘੇਰ ਦਾ ਆਮਦਾ ਘਰ ਚ ਬਹਿ ਗਿਆ ਤਾਂ ਮੁੰਡੇ ਫਿਰ ਕੀ ਹੋ ਗਿਆ? ਨਹੀਂ ਮੰਮੀ ਉਹਦਾ ਸਿਆਂ ਹੀ ਪੁੱਛਦੇ ਸੀ ਵੀ ਚੱਲ ਮਾੜੀ ਜੀ ਬੱਗੇ ਦੀ ਵੀ ਰਾਏ ਲੈ ਜੀ ਵੀ ਇਹ ਮਨ ਚ ਕੀ ਕਹਿੰਦੇ। ਜਦੋਂ ਮੈਂ ਤੁਹਾਨੂੰ ਕੇਰਾ ਕਹਿਤਾ ਸੀ ਵੀ ਮੈਂ ਰਾਏ ਕਰਕੇ ਦੱਸੋ, ਤੁਸੀਂ ਤਾਂ ਬਿੰਦੇ ਬਿੰਦੇ ਘੇਰ ਕੇ ਬਹਿ ਜਾਂਦੇ ਉਹਨੂੰ। ਚੱਲ ਕੁਲਵਿੰਦਰ ਸੰਨੀ ਪਾ ਕੇ ਆਈਏ, ਪਤਾ ਆ ਜਾ ਲੈ ਦੇਖ ਲਾ ਗੱਲ ਪੈਂਦੀ ਫਿਰ ਮੰਮੀ ਤਾਂ ਆਪਣੀ ਮੰਗੇ ਪੁੱਤ ਇਹਨਾਂ ਦੀਆਂ ਗੱਲਾਂ ਚ ਨਾ ਜੀ ਤੂੰ। ਨਹੀਂ ਮੰਮੀ ਇਸ ਤਾਂ ਊਂ ਬੈਠੇ ਸੀਗੇ ਦੋਨੇ ਭਾਈ, ਊਂ ਗੱਲ ਕਰਦੇ ਸੀਗੇ ਰਿਸ਼ਤੇ ਦੀ। ਨਹੀਂ ਊਂ ਗੱਲ ਨਹੀਂ ਸੀ ਕਰਦੇ, ਮੈਂ ਤੇਰੀ ਅਮਨ ਭਾਬੀ ਨਾਲ ਗੱਲ ਕਰੀ ਹੋਈ ਹੈਗੀ, ਉਹ ਆਪਦੀ ਛੋਟੀ ਭੈਣ ਦਾ ਰਿਸ਼ਤਾ ਕਰਾਊਗੀ, ਉਹਨੂੰ ਦਾਜ ਦੇ ਪੂਰਾ ਦਿੱਤਾ ਸੀ, ਇਹਨਾਂ ਨੇ ਤਾਂ ਕੁਝ ਦਿੱਤਾ ਨਹੀਂ ਸੀ ਵਿੰਦਰ ਨੂੰ, ਕਿਤੇ ਇਹਨਾਂ ਦੀਆਂ ਗੱਲਾਂ ਚ ਨਾ ਜੀ। ਕਰਦੇ ਪ੍ਰੈਸ ਜੀ ਤਾਂ ਕਿਹਦੇ ਕੱਪੜੇ ਪ੍ਰੈਸ ਕਰਦੀ ਕੁਲਵਿੰਦਰ? ਮੰਮੀ ਇਹ ਤਾਂ ਬੱਗੇ ਦੇ ਨੇਗੇ ਕੱਪੜੇ, ਮੈਂ ਆਖਿਆ ਲੇਟ ਨਾ ਹੋ ਜਾਏ ਕਿਤੇ, ਉਹਦਾ ਟਾਈਮ ਹੋਇਆ ਪੈਂਦਾ ਕਿ ਘੰਟੀ ਰਹਿ ਗਿਆ। ਤੂੰ ਰੋਟੀ ਟੁੱਕ ਕਰ ਲਾ, ਕੱਪੜੇ ਦਾ ਪ੍ਰੈਸ ਮੈਂ ਵੀ ਕਰ ਦੂੰਗੀ। ਨਾ ਕੋਈ ਨਾ ਮੰਮੀ ਮੈਂ ਕਰਦੀ ਹਾਂ ਰੋਟੀ ਟੁੱਕ, ਮੈਂ ਬਸ ਆਉਂਦੀ ਹਾਂ ਪ੍ਰੈਸ ਕਰਕੇ। ਹੋਰ ਹੁਣ ਇਹ ਤਾਂ ਮੈਂ ਪ੍ਰੈਸ ਕਰਦਾ ਦੀ, ਤੂੰ ਰੋਟੀ ਟੁੱਕ ਕਰ ਲਾਂਦੀ ਉਧਰ। ਨਾ ਨਾ ਕੋਈ ਨਾ ਕਰਦੀ ਹਾਂ, ਬਸ ਥੋੜਾ ਜਿਹਾ ਰਹਿ ਗਿਆ ਤਾਂ। ਅਮਨ ਪਤਾ ਨੀ ਕੀ ਕਰਦੀ, ਅਮਨ ਆਖਿਆ ਗੱਲ ਕਰ ਲਾ ਤੇਰੇ ਪਿਓ ਨੂੰ। ਅਮਨ ਉਰੇ ਆ ਮੇਰੇ ਕੋਲੇ ਬਾਰੇ, ਪਤਾ ਨੀ ਮੰਮੀ ਨੂੰ ਕੀ ਹੋਇਆ, ਇੰਨੀ ਗਰਮ ਹੋ ਰਹੀ ਹੈਗੀ। ਹਾਂ ਮੰਮੀ ਉਰੇ ਆ ਆ ਗਈ, ਆ ਜਾ ਅਮਨ ਉਰੇ। ਹਾਂ ਮੰਮੀ ਕੀ ਕਹਿੰਦੀ ਸੀ? ਮੈਂ ਕਹਿੰਦੀ ਸੀ ਵੀ ਤੇ ਡੈਡੀ ਨਾਲ ਗੱਲ ਕਰ ਲਈ ਸੀ। ਹਾਂ ਮੰਮੀ ਲਾਇਆ ਸੀ ਫੋਨ ਮੈਂ, ਉਹ ਕਹਿੰਦੇ ਨਾ ਹਜੇ ਪੜਾਵਾਂਗੇ। ਪੜਾਉਣਗੇ ਤਾਂ ਹੈਗੇ, ਇਹ ਉੱਤੋਂ ਦੀ ਹੋਈ ਫਿਰਦੇ ਨੇ, ਰਿਸ਼ਤਾ ਕਰਾਉਣਗੇ, ਤੂੰ ਤੇਰੇ ਪਿਓ ਨਾਲ ਗੱਲ ਕਰਕੇ ਜੇ ਪੜਾਉਣਗੇ ਅਸੀਂ ਪੜਾ ਦਿਆਂਗੇ। ਅੱਛਾ ਪੜਾ ਦਾਂਗੇ? ਹਾਂ ਆਪਾਂ ਪੜਨ ਲਾ ਦਿਆਂਗੇ ਉਹਨੂੰ। ਕੋਈ ਨਾ ਫਿਰ ਮੈਂ ਦੁਬਾਰੇ ਕਰ ਲੂ ਗੱਲ ਡੈਡੀ ਨਾਲ। ਆਹੋ ਤੂੰ ਫੋਨ ਤੇ ਦੂਰੀ ਵਾਰ ਗੱਲ ਕਰੀ, ਤੂੰ ਕੇਰਾ ਉਹਨੂੰ ਐਂ ਕਹਿ ਦੇ ਵੀ ਰਿਸ਼ਤਾ ਕਰ ਦੋ, ਪੜਾ ਉਹ ਆਪ ਹੀ ਲੈਣਗੇ। ਨਾ ਕੋਈ ਨਾ ਹੁਣ ਕਰਦੀ ਜਾ ਕੇ ਫੋਨ ਤੇ ਗੱਲ ਦੁਬਾਰੇ। ਆਹੋ ਫੋਨ ਤੇ ਗੱਲ ਕਰ ਲਾ ਜੋ। ਠੀਕ ਹੈ ਮੰਮੀ, 10-20 ਲੱਖ ਤਾਂ ਦੇਣਗੇ ਦਾਜ ਦਾ, ਜੇ ਮੈਂ ਉਹਦੇ ਤੇ 1.5 ਲੱਖ ਲਾ ਦੂੰਗੀ ਪੜ੍ਹਾਈ ਤੇ, ਫਿਰ ਮੇਰਾ ਕੀ ਜ਼ੋਰ ਲੱਗਦਾ ਗਾ, ਮੈਂ ਬਥੇਰਾ ਪੜ੍ਹਾ ਦੂੰਗੀ ਉਹਨੂੰ। ਅੱਛਾ ਮੰਮੀ ਤਾਂ ਸਾਨੂੰ ਭੱਜ ਭੱਜ ਪੈਣ ਦਾ ਇਹੀ ਰਾਜ ਹੈ, ਇਹ ਤਾਂ 20 ਲੱਖ ਤੇ ਉਮੀਦਾਂ ਲਾਈ ਬੈਠੀ ਹੈ, ਇਹਨੂੰ ਪਤਾ ਹੈ ਵੀ ਕੁਲਵਿੰਦਰ ਦੇ ਪੇਕਿਆਂ ਨੇ ਇੰਨਾ ਦਾਜ ਨਹੀਂ ਦੇਣਾ ਹੈਗਾ। ਕੁਲਵਿੰਦਰ ਹਾਂ ਮੰਮੀ ਆਪ ਤੂੰ ਮੇਰੇ ਕੱਪੜੇ ਧੋ ਦੇ, ਮੈਂ ਪਿੰਡ ਚ ਤੇਰੀ ਮਾਸੀ ਕੇ ਘਰੇ ਜਾ ਕੇ ਆਉਣਾ, ਨਾ ਇਹਨਾਂ ਨੂੰ ਧੋ ਕੇ ਮਸ਼ੀਨ ਸੁਕਾ ਕੇ ਪ੍ਰੈਸ ਮਾਰ ਦੇ।
ਮੈਂ ਇੱਥੇ ਨੀ ਮੰਮੀ ਬਾਈ ਦੀ ਪ੍ਰੈਸ ਪ੍ਰੂਸ, ਉਹ ਅਮਨ ਨੂੰ ਕਹਿ ਦੇ, ਮੇਰੇ ਤਾਂ ਹੋਰ ਕੰਮ ਬਾਹਲੇ ਪੈਣੇ ਕਰਨ ਵਾਲੇ। ਅਮਨ ਆਪ ਤਾਂ ਮੇਰੇ ਕੱਪੜੇ ਧੋ ਦੇ, ਕੁਲਵਿੰਦਰ ਤਾਂ ਭੱਜ ਕੇ ਪੈ ਗਈ, ਉਹ ਤਾਂ ਕਹਿੰਦੇ ਮੈਂ ਨੀ ਧੋਂਦੀ ਹੈਗੀ ਕੱਪੜੇ, ਧੋ ਦੇ ਕੱਪੜੇ। ਲੈ ਕੁਲਵਿੰਦਰ ਤਾਂ ਮੈਨੂੰ ਕਿਤੇ ਭੱਜ ਕੇ ਨੀ ਸੀ ਪਈ, ਪਤਾ ਨੀ ਕੀ ਹੋ ਗਿਆ, ਅੱਜ ਕੱਪੜਿਆਂ ਨੂੰ ਜਵਾਬ ਦੇ ਤਾ, ਪਤਾ ਨੀ ਕੱਲ ਇੱਥੇ ਬੈਠੇ ਗੱਲਾਂ ਕਰੀ ਜਾਂਦੇ ਸੀਗੇ ਬੱਗੇ ਨਾਲ, ਪਤਾ ਨੀ ਉਹ ਗੱਲ ਦਾ ਗੁੱਸਾ ਕਰਕੇ ਕਦੇ ਕੱਪੜਿਆਂ ਨੂੰ ਜਵਾਬ ਹੀ ਨੀ ਸੀ ਦਿੱਤਾ, ਅੱਜ ਭੱਜ ਕੇ ਪੈ ਗਈ। ਹਰ ਕੇ ਅਮਨ ਨੂੰ ਆਖਿਆ ਵੀ ਅਮਨ ਤੂੰ ਧੋ ਦੇ ਮੇਰੇ ਕੱਪੜੇ। ਲੈ ਮੈਂ ਧੋ ਦਿੰਦੇ ਕੱਪੜੇ, ਕਿਹੜਾ ਕੋਈ ਜ਼ੋਰ ਲੱਗਦਾ ਗਾ, ਹੁਣ ਧੋ ਦੂੰਗੀ। ਇਹ ਚ ਕਿਹੜਾ ਕੋਈ ਬਾਹਲੀ ਮਾਰ ਹੁੰਦੀ ਹੈ, ਮਸ਼ੀਨ ਚ ਪਾ ਕੇ 2 ਮਿੰਟ ਲੱਗਦੇ ਨੇ। ਹੋਰ ਪਤਾ ਨੀ ਤਾਂ ਭੈਣ ਨੇ ਨਾ ਗੱਲਾਂ ਗੁੱਲਾਂ ਸੁਣ ਲਈਆਂ ਤਾਂ ਕਰਕੇ ਅੱਜ ਭੱਜ ਕੇ ਪੈ ਗਈ ਮੰਮੀ ਨੂੰ, 2 ਮਿੰਟ ਲੱਗਣ। ਕੁਲਵਿੰਦਰ ਰੋਟੀ ਬਣ ਗਈ? ਲੈ ਪਤਾ ਨੀ ਚਾਹ ਤੂੰ ਐ ਮੇਰੇ ਕਹਿੰਦੇ ਟੇਢੀ ਟੇਢੀ ਝਾਕਦੀ ਆ, ਪਤਾ ਨੀ ਕੀ ਹੋ ਗਿਆ। ਮੈਂ ਤਾਂ ਰੋਟੀ ਪੁੱਛਿਆ ਵੀ ਰੋਟੀ ਬਣ ਗਈ, ਐ ਕਣਖੀ ਕਣਖੀ ਝਾਕਦੀ ਆ ਮੇਰੇ ਕਹਿੰਦੇ ਤਾਂ। ਮੰਮੀ ਤੂੰ ਕਿਹਦੇ ਨਾਲ ਬੋਲੀ ਜਾਂਦੀ ਸੀ? ਮੈਂ ਤਾਂ ਕੁਲਵਿੰਦਰ ਨੂੰ ਰੋਟੀ ਨੂੰ ਕਿਹਾ ਸੀਗਾ, ਮੈਂ ਕਿਹਾ ਕੁਲਵਿੰਦਰ ਰੋਟੀ ਬਣ ਗਈ, ਉਹ ਤਾਂ ਮੇਰੇ ਨਾਲ ਬੋਲੀ ਨੀ, ਮੇਰੇ ਕਹਿੰਦੇ ਤਾਂ ਏਡੀ ਏਡੀ ਅੱਖਾਂ ਕੱਢ ਕੇ ਲੰਘੀ ਆ ਕੋਲ ਦੀ ਝਾਕਦੀ। ਮੰਮੀ ਰੋਟੀ ਤਾਂ ਮੈਂ ਬਣਾਈ ਜਾਂਦੀ ਸੀ, ਪਰ ਨਾ ਭੈਣ ਇੱਥੇ ਵੀ ਆਈ ਸੀ, ਪਤਾ ਨੀ ਡੱਬੇ ਡੁੱਬੇ ਖੜਕਾ ਕੇ ਪਤਾ ਨੀ ਬਾਹਰ ਨੂੰ ਫੇਰ ਵਗ ਗਈ। ਉਹਨੂੰ ਬਣਾ ਰੱਖਿਆ ਮਹਾਰਾਣੀ, ਮੈਨੂੰ ਬਣਾ ਰੱਖਿਆ ਗੋਹੇ ਵਾਲੀ, ਜਮਾਂ ਨੀ ਗੋਹਾ ਛਿੜਦੀ ਹੈਗੀ, ਨਾ ਕੱਢਾਂ ਧਾਰਾਂ, ਨਾਲ ਜਾਇਆ ਕਰੂੰਗੀ ਗੋਹਾ ਛਿੱਟਿਆ ਕਰੂੰਗੀ, ਨਹੀਂ ਜਮਾਂ ਨੀ ਛਿੜਦੀ। ਉਹ ਬਿੰਦਰ ਪਤਾ ਨੀ ਕਿੱਧਰ ਗਿਆ, ਉਹਨੂੰ ਕਰਕੇ ਆਉਣੀ ਹੈ ਕਿਹੜਾ ਸੁਣਾਈ, ਫਿਰ ਉਹ ਨਾ ਆਖੇ ਕਿਤੇ ਵੀ ਤੂੰ ਅੱਜ ਗੋਹਾ ਕਿਉਂ ਨੀ ਛਿੱਟਿਆ ਹੈਗਾ। ਪਾਤਾ ਜੀ ਹਰਮੰਜਨ? ਹਾਂ ਪਾਤਾ ਕੁਲਵਿੰਦਰ। ਆ ਢੇਰੀਆਂ ਜਾਂ ਹੋਈ ਪਈਆਂ ਨੇ ਗੋਹੇ ਦੇ, ਚੱਕੀ ਨਹੀਂ ਅੱਜ। ਗੋਹਾ ਤਾਂ ਮੈਂ ਤੜਕੇ ਸਿੱਟ ਗਈ ਸੀ ਇੱਕ ਵਾਰ, ਆਉਂਦਾ ਤੁਹਾਨੂੰ ਪਤਾ ਹੀ ਹੈ ਸੁਨੇਹਾ ਛਿੜ ਦੇ, ਇਹ ਤਾਂ ਦੁਬਾਰੇ ਦਾ ਹੈਗਾ, ਢੇਰੀਆਂ ਲਾਈਆਂ ਪਈਆਂ ਸੀ, ਪਰ ਇਹ ਜੇ ਮੈਂ ਛਿੜਦੀ ਨੀ ਹੈਗੀ। ਕੀ ਗੱਲ? ਲੈ ਕੀ ਗੱਲ ਤੁਹਾਨੂੰ ਸੁਣ ਪਤਾ ਨੀ, ਤੇ ਮੰਮੀ ਆਈ ਦੇਖ ਲਾ, ਉਹਨੇ ਨਾ ਮੇਰੇ ਜਮਾਂ ਕੰਮ ਦੀ ਕਦਰ ਨੀ ਪਾਈ ਹੈਗੀ, ਮੈਂ ਕਦੇ ਅਮਨ ਦਾ ਸਰੀਕਾ ਨੀ ਕਰਿਆ ਹੈਗਾ, ਸਾਰੇ ਕੰਮ ਮੈਂ ਕਰਦੀ, ਉਹਨੂੰ ਕਦੇ ਇੱਧਰ ਆਉਣ ਨੀ ਦਿੱਤਾ ਪਸ਼ੂਆਂ ਚ ਹੈ, ਤੇ ਲੈ ਦੇਖ ਲਾ ਬਿੰਦ ਚ ਹੀ ਬਦਲ ਕੇ ਖੜ ਗਈ। ਮੈਂ ਤਾਂ ਅੱਜ ਉਹਨਾਂ ਦੀ ਸਾਰੀਆਂ ਗੱਲਾਂ ਸੁਣ ਲਈਆਂ, ਕਮੇ ਕਰੀ ਜਾ ਵੀ ਨਾ, ਤੇ ਉਹਨਾਂ ਦੇ ਅਮਨ ਦੀ ਭੈਣ ਦਾ ਰਿਸ਼ਤਾ ਲਊਂਗੀ, ਇੰਨੇ ਪੈਸੇ ਨਗਦ ਦੇਣਗੇ। ਅੱਛਾ ਹਾਂ, ਇਹਨੇ ਤਾਂ ਪਹਿਲਾਂ ਬਿੰਦਰ ਨੂੰ ਨੀ ਕੁਛ ਦਿੱਤਾ, ਤੇ ਹੁਣ ਇਹਨੂੰ ਕੀ ਦੇਣਗੇ ਬੱਗੇ ਨੂੰ। ਤਾਂ ਹੀ ਤਾਂ ਫਿਰ ਮੈਂ ਗੱਲਾਂ ਹੋਰ ਕਰਦੇ, ਮੈਂ ਤਾਂ ਪੈਸੇ ਦੇ ਲਾਲਚ ਹੋ ਰਿਹਾ ਬਹੁਤ ਜ਼ਿਆਦਾ ਹੋ ਰਿਹਾ, ਮੈਨੂੰ ਤਾਂ ਹੁਣ ਜੀ ਬਾਹਲਾ ਜੀ ਉਹਨੂੰ ਮੱਥੇ ਲਾਉਣ ਜੀ ਨੀ ਕਰਦਾ ਹੈਗਾ, ਮੰਮੀ ਨੂੰ ਇੰਨਾ ਮਨ ਦੁਖੀ ਹੋ ਪਿਆ। ਬੱਗੂ ਦਾ ਗੋਦੀ ਜਾ ਕੇ ਖੜਾ ਹੋਇਆ ਕਿ ਛੋਟਾ ਸੀਗਾ, ਤੈਂ ਕਰਨਾ ਕੰਮ ਕਰਿਆ, ਮੈਂ ਕਰਨਾ ਕੰਮ ਕਰੇਗਾ ਹੈ। ਦੁੱਖ ਤਾਂ ਇਸੇ ਗੱਲ ਦੀ ਆਉਂਦਾ ਵੀ ਸਾਰੀਆਂ ਗੱਲਾਂ ਭੁੱਲ ਗਈ, ਲਿਆ ਤਾਂ ਸਾਰੇ ਸੰਦ ਬਣਾਏ ਆ ਕੋਠੀਆਂ ਪਾਈਆਂ, ਹਾਂ ਉਹ ਗੱਲਾਂ ਭੁੱਲ ਗਈ, ਹੁਣ ਕਦੀ ਮੇਰੀ ਚੱਲੂਗੀ, ਮੇਰੇ ਪੁੱਛੇ ਬਣਾ, ਆਪਾਂ 2 ਮਿੰਟ ਉਹੀ ਬੈਠੇ ਸੀ ਬੱਗੂ ਕੋਲੇ ਵੀ ਚੱਲ ਆਪਾਂ ਗੱਲ ਕਰ ਲੈਣੇ, ਚੱਲੇ ਤਾਂ ਚੱਲ ਸਹੀ, ਆਪਾਂ ਕਹਿੰਦੇ ਵੀ ਚੱਲੇ ਮੰਮੀ ਦੀ ਚੱਲੇ, ਉਹ ਵੀ ਨੀ ਕਹਿੰਦੇ ਵੀ ਚੱਲ ਆਪਣੀ ਆਪ ਦੀ ਚੱਲੇ, ਬਲ ਰਾਹ ਦੀ ਤਾਂ ਗੱਲ ਹੋਵੇ ਨਾ, ਇਹਦੇ ਚ ਤਾਂ ਕੋਈ ਗਲਤੀ ਵਾਲੀ ਗੱਲ ਨੀ ਹੈਗੀ। ਉਹ ਤੈਂ ਵੀ ਕੁਲਵਿੰਦਰ ਠੀਕ ਹੀ ਕਿਹਾ ਸੀਗਾ ਵੀ ਚੱਲ ਸਾਡੇ ਭੈਣਾਂ ਦਾ ਵਧੀਆ ਟਾਈਮ ਪਾਸ ਹੋ ਜਾਊਗਾ, ਵੀ ਇਸ ਘਰ ਚ ਆ ਜਾਊਗੀ, ਹੁਣ ਮੰਮੀ ਮਨ ਦਿਨ ਕਰੀਏ ਕਿਉਂ ਤੇ ਲਾਲਚ ਵਾਲੇ ਪਾਸੇ ਗਈ ਜਾਈ ਖੜੀ ਹੈ। ਲਾਲਚ ਵਾਲੇ ਪਾਸੇ ਗਈ ਦੀ ਤਾਂ ਦੁੱਖ ਹੁੰਦਾ ਹੈ, ਵੀ ਬੰਦਾ ਬੰਦਾ ਵੀ ਦੇਖਣਾ ਚਾਹੀਦਾ ਹੈ, ਹੁਣ ਰਿਸ਼ਤੇਦਾਰ ਦੀ ਪਰਖ ਨੀ ਹੈਗੀ, ਕੋਈ ਪੈਸਾ ਜਾਣਦੀ ਹੈ, ਪੈਸੇ ਹੀ ਜਾਣਦੀ ਹੈ, ਹਾਂ ਜੇ ਪੈਸਾ ਜਾਣਦੀ ਹੈ ਤਾਂ ਹੀ ਕਹਿੰਦੀ ਹੈਗੀ, ਤਾਂ ਜਰਕਦੇ ਨੇ ਦੇਖ ਲਾ ਆਪਾਂ ਤਾਂ ਭੱਜ ਭੱਜ ਪੈਂਦੀ ਹੈ, ਤੇ ਅਮਨ ਨੂੰ ਜਰਕਦੇ ਨੇ ਕਹਿਤਾ, ਕਹਿੰਦੀ ਤੂੰ ਜਲਦੀ ਤੋਂ ਜਲਦੀ ਫੋਨ ਕਰ ਅੱਜ ਪਿਓ ਤੋਂ ਕਹਿ ਕੇ ਵੀ ਰਿਸ਼ਤੇ ਨੂੰ ਹਾਂ ਕਰਾ ਕੇ ਦੀ। ਨਾਲ ਮੈਨੂੰ ਪੱਕਾ ਯਕੀਨ ਸੀ ਬੱਗਾ ਜਵਾਬ ਨਹੀਂ ਦਿੰਦਾ ਸੀ, ਕੁੜੀ ਸੋਹਣੀ ਸੀਗੀ, ਉਹਨੂੰ ਸੋਹਣੀ ਦੀ ਨਾ ਤਾਂ ਉਹਨੂੰ ਸੋਹਣੀ ਬੇਸ ਸੋਹਣੀ ਦੀ ਕਦਰ ਹੈ, ਹੈਂ ਤੇ ਨਾ ਉਹਨੂੰ ਕੰਮ ਦੀ ਕਦਰ ਹੈ, ਉਹਨੂੰ ਤਾਂ ਇਕੱਲਾ ਪੈਸੇ ਦੀ ਕਦਰ ਹੈ। ਉਹ ਬੱਗਾ ਨੂੰ ਮਗਰ ਲਾ ਰੱਖਿਆ, ਕਹਿੰਦਾ ਜੋ ਕਰੂੰਗੀ ਮੈਂ ਕਰੂੰਗੀ, ਉਹ ਕੀ ਕਰੇ ਜਵਾਬ ਹੁਣ? ਉਹੀ ਗੱਲ, ਉਹ ਤਾਂ ਮਗਰ ਲੱਗਣੀ ਹੈ ਨਿਆਣਾ ਹਜੇ, ਨਿਆਣਾ ਹੈਗੇ ਉਮਰ ਕਿਹੜੀ ਹੈ ਦੀ ਜੀ, ਹੁਣ ਦਾੜੀ ਆਈ ਹੈ ਤਾਂ, ਉਹੀ ਤਾਂ ਗੱਲ ਹੈ, ਉਹ ਨਿਆਣਾ ਕਰਕੇ ਡਰਦਾ ਵੀ ਹੈਗਾਗਾ, ਡਰਾਉਂਦੀ ਹੈ,
ਬਹੁਤ ਜ਼ਿਆਦਾ ਡਰਾਉਂਦੇ ਹੋ ਰੋਦੇ ਤੇ ਗੱਲਾਂ ਕਰਦੇ ਵਿੱਚ ਆ ਬੜੀ ਕੀ ਗੱਲਾਂ ਕਰਦੇ ਘੇਰੀ ਬੈਠੋ ਲੈ ਹਾਂ ਹੋਰ ਮੇਰਾ ਭਾਈ ਅਜੇ 2 ਮਿੰਟ ਕੋਲੇ ਬਹਿ ਗਿਆ ਫਿਰ ਕਿੱਡੀ ਗੱਲ ਹੈ ਭਾਈ ਨਹੀਂ ਸਮਝਦੀ ਐਂ ਨਹੀਂ ਕਹਿੰਦੀ ਹੈਗੀ ਵੀ ਇਹਨੇ ਪਿਓਾਂ ਦੀ ਜਗ੍ਹਾ ਲੈਤੀ ਹੈਗੀ ਬਿੰਦਰ ਨੇ ਵੱਡਾ ਕਰਕੇ ਵੀ ਉਹਦੇ ਸਾਰੀਆਂ ਜ਼ਿੰਮੇਵਾਰੀਆਂ ਉੱਠੀਆਂ ਨੇ ਹੁਣ ਚਲੋ ਤਾਂ ਹੁਣ ਪਤਾ ਲੱਗ ਗਿਆ 20 ਲੱਖ ਤੱਕ ਪਹੁੰਚ ਕਰ ਰੱਖੀ ਹੈ ਮੰਮੀ ਤਾਂ ਜਿਵੇਂ ਕਰਦੇ ਕਰ ਲੈਂਦੇ ਤੂੰ ਚੱਲ ਜਿਵੇਂ ਚੱਲ ਚੱਲਣ ਜੱਕਾ ਕੁਛ ਨਹੀਂ ਨਾ ਬਸ ਆਹੀ ਗੱਲ ਹੈ ਮੈਂ ਤਾਂ ਉਹਨੂੰ ਜੇ ਨਾਲ ਆਇਆ ਕਰੂੰਗੀ ਗੋਹਾ ਕੂੜਾ ਕਰਿਆ ਕਰੂੰਗੀ ਨਹੀਂ ਨਾਲ ਧਾਰਾਂ ਕਢਾਇਆ ਕਰੂੰਗੀ ਮੈਂ ਇੱਥੋਂ ਨਹੀਂ ਹੁੰਦਾ ਹੈਗਾ ਇਕੱਲੀ ਤੋਂ ਚੱਲ ਤੇਰੀ ਮਰਜ਼ੀ ਐ ਕਰ ਲੈ ਜਿਵੇਂ ਆਹ ਤਾਂ ਯਾਰ ਵਧੀਆ ਨਜ਼ਾਰੇ ਸੀਗੇ ਕਾਲਜ ਜੋ ਪੜ੍ਹ ਕੇ ਆਉਂਦੇ ਸੀਗੇ ਵਧੀਆ ਔਰ ਰਿਸ਼ਤੇ ਦੀ ਗੱਲ ਪਤਾ ਨਹੀਂ ਕਿੱਧਰੋਂ ਤੋਰ ਰੱਖੀ ਆ ਯਾਰ ਉਹ ਆ ਗਿਆ ਬੱਗਾ ਮੇਰਾ ਪੁੱਤ ਪੜ੍ਹ ਕੇ ਪੜ੍ਹਿਆ ਹੈ ਪਤਾ ਹਾਂ ਮੈਂ ਪੜ੍ਹਿਆ ਅਮਨ ਪਾਣੀ ਲਿਆਈ ਬੱਗੇ ਨੂੰ ਪੁੱਤ ਪੜ੍ਹ ਕੇ ਆਇਆ ਨਾ ਆਹ ਫੋਨ ਚੱਕ ਲਈ ਤੇਰਾ ਫੋਨ ਤੋਂ ਕੀ ਕਰਨਾ ਮੈਂ ਤੈਨੂੰ ਕੁਛ ਦਿਖਾਉਂਗੀ ਫੋਨ ਚ ਫੋਟੋ ਕੱਢ ਕੇ ਦਿਖਾਈ ਲੈ ਕੁੜੀ ਦੀ ਫੋਟੋ ਅਮਨ ਦੀ ਭੈਣ ਦੀ ਕਿਆ ਰਿਸ਼ਤੇ ਵਾਸਤੇ ਮੰਮੀ ਹਾਂ ਮੰਮੀ ਕਾਲੀ ਵਾਲੀ ਹੈਗੀ ਆਹ ਕੁੜੀ ਹੈਗੀ ਹੋਰ ਇਹ ਕੁੜੀ ਹੈਗੀ ਨੇਰੇ ਨੂਰੇ ਚ ਫੋਟੋ ਖਿੱਚੀ ਹੋਈ ਆ ਕਾਹਰ ਦੀ ਨੇਰੇ ਨੂਰੇ ਚ ਕਿੱਥੇ ਮੰਮੀ ਇਹਦਾ ਉਹ ਆਦਾ ਕਾਲੀ ਵਾਲੀ ਅਮਨ ਤਾਲੇ ਸੋਹਣੀ ਆ ਫਿਰ ਵੀ ਨਹੀਂ ਉਹ ਕਹਿੰਦੀ ਵੀ ਨੇਰੇ ਚ ਫੋਟੋ ਖਿੱਚੀ ਹੋਈ ਹੈਗੀ ਨੇਰਾ ਸੀਗਾ ਜਦੋਂ ਫੋਟੋ ਖਿੱਚੀ ਆ ਕਾਹਰ ਨਾਲ ਫੋਟੋ ਖਿੱਚ ਕੇ ਪਾਤੀ ਉਹਨਾਂ ਨੇ ਨਾ ਨਾ ਮੰਮੀ ਕਾਹਰ ਕੁਖਲ ਨਾ ਕਾਹਨੂੰ ਆ ਤਾਂ ਕੁੜੀ ਕਾਲੀ ਵਾਲੀ ਆ ਰੰਗ ਵਾਲਾ ਪੱਕਾ ਇਹਦਾ ਰੰਗ ਤਾਂ ਦੋ ਹੀ ਹੁੰਦੇ ਨੇ ਪੁੱਤ ਸਮਾਨ ਬਥੇਰਾ ਦੇਣਗੇ ਘਰ ਭਰ ਦੇਣਗੇ ਉਹ ਮੈਂ ਸਮਾਨ ਕੀ ਕਰਨਾ ਮੰਮੀ ਕੁੜੀ ਨਾਲ ਜਾਂਦੀ ਸੋਹਣੀ ਵੀ ਲੱਗੇ ਨਾ ਉਹ ਤਾਂ ਰੰਗ ਵਾਲਾ ਪੱਕਾ ਗਾ ਮੈਂ ਨਹੀਂ ਰਿਸ਼ਤਾ ਰੁਸਤਾ ਲੈਂਦਾ ਫੜਾ ਮੰਮੀ ਤਾਂ ਯਾਰ ਪੈਸੇ ਦਾ ਬਹੁਤ ਲਾਲਚ ਰਹਿੰਦਾ ਯਾਰ ਕੁੜੀ ਦਾ ਰੰਗ ਹੀ ਬੜਾ ਪੱਕਾ ਕੀ ਕਰੂ ਕੋਈ ਗੱਡੀ ਦੇਣੀ ਹੋਵੇ ਗੱਡੀ ਸ਼ਰਤੇ ਚੱਕ ਲਾ ਗੱਡੀ ਜਦੋਂ ਕੁੜੀ ਨਹੀਂ ਸੋਹਣੀ ਰਹਿੰਦੀ ਸੋਹਣੀ ਵੀ ਲੱਗੇ ਨਾ ਨਾਲ ਜਾਂਦੀ ਫੋਨ ਮੇਰੇ ਕਨੀ ਚਲਾ ਕੇ ਮਾਰ ਗਿਆ ਕਹਿੰਦਾ ਕੁੜੀ ਦਾ ਰੰਗ ਪੱਕਾ ਗਾ ਪਹਿਲਾਂ ਬਿੰਦਰ ਦੇ ਸੋਹਣੀ ਕੁੜੀ ਦਾ ਭੂਤ ਸਵਾਰ ਹੋਇਆ ਸੀਗਾ ਕਹਿੰਦਾ ਸੋਹਣੀ ਕੁੜੀ ਨਾਲ ਵਿਆਹ ਕਰਾਉਣਾ ਹੁਣ ਇਹਦੇ ਤੇ ਭੂਤ ਸਵਾਰ ਹੋ ਗਿਆ ਕਹਿੰਦਾ ਸੋਹਣੀ ਕੁੜੀ ਨਾਲ ਵਿਆਹ ਕਰਾਉਣਾ ਗਾ ਇਹ ਨੀ ਮੇਰੇ ਹੱਥ 20 ਲੱਖ ਲੱਗਣ ਦਿੰਦੇ ਹੈਗੇ ਹਾਂ 20 ਲੱਖ ਲੈ ਕੇ ਤਾਂ ਉਹਨੂੰ ਰੋਈ ਪਾਲਰ ਵਾਲੀ ਦੇ ਲੈ ਜਾ ਤਾਂ ਰੰਗ ਸੋਹਣਾ ਹੋ ਜੂਗਾ ਉਹਦਾ ਇਹ ਕਹਿੰਦਾ ਛੇਤੀ ਮੈਂ ਸੋਹਣੀ ਕੁੜੀ ਨਾਲ ਵਿਆਹ ਕਰਾਉਣਾ ਲੈ ਅੰਦਰ ਵੜ ਕੇ ਪੈ ਗਿਆ ਮੈਨੂੰ ਕੋਈ ਬਾਹਰ ਉੱਤਰ ਹੀ ਨੀ ਦਿੱਤਾ ਫੋਟੋ ਮੰਗਾਈ ਬੇ ਪੁੱਤ ਬੱਗੇ ਬੱਗੇ ਉਹ ਤਾਂ 20 ਲੱਖ ਲੈਣਾ ਕਿ ਮੇਰੀ ਜਾਨ ਲੈਣੀ ਆ ਮੈਂ ਤਾਂ ਮਾਂ ਨਾਲ ਫੋਟੋ ਮੰਗਾਈ ਸੀਗੀ ਮੈਂ ਆਖਿਆ ਮੈਂ ਮੈਨੂੰ ਕੋਈ ਬਾਹਰ ਉੱਤਰ ਦੇਣੀ ਆ ਫੋਟੋ ਜਾ ਬਾਰੇ ਬਾਰੇ ਜਾ ਬਸ ਮੈਨੂੰ ਨਹੀਂ ਪਤਾ ਤਾਂ ਮੇਰੀ ਜਾਨ ਲੈਣੀ ਆ ਬਣੀ ਆ 20 ਲੱਖ ਦੀ ਉਹ ਮੱਚ ਜਾ ਮੈਨੂੰ ਧੱਕਾ ਦੇ ਕੇ ਬਾਹਰ ਕੱਢਤਾ ਉਹਨੇ ਪਰਨਾ ਸਰਾਣੇ ਰੱਖੀ ਬੈਠਾ ਗਾ 20 ਲੱਖ ਵਿੱਚੇ ਕਿਤੇ ਪੁੱਤ ਨੂੰ ਨਾ ਗਮਾ ਕੇ ਬਹਿ ਜਾ ਮੈਂ ਤਾਂ ਬਿੰਦਰ ਨੂੰ ਸੱਦ ਕੇ ਲਿਆਉਣੀ ਹੈਗੀ ਬਿੰਦਰ ਸੁਧਾਰੂਗਾ ਉਹਨੂੰ ਆਪੀ ਆ ਕੇ ਆ ਜਾ ਬਿੰਦਰ ਭੱਜ ਕੇ ਆਈ ਕਰਾ ਗੁੱਸੇ ਹੋਇਆ ਬੈਠਾ ਗਾ ਆ ਗਿਆ ਮੰਮੀ ਆ ਗਿਆ ਕੀ ਗੱਲ ਹੋ ਗਈ ਪਤਾ ਨਹੀਂ ਅੰਦਰ ਗੁੱਸੇ ਹੋਇਆ ਪਿਆ ਗਾ ਗੁੱਸੇ ਤਾਂ ਕਦੇ ਹੋਈ ਨਹੀਂ ਸੀ ਤਾਂ ਠੰਡੇ ਸੁਭਾਅ ਦਾ ਹੈਗਾ ਬੱਗਾ ਤਾਂ ਹੈਂ ਫੋਟੋ ਮੰਗਾ ਲਈ ਅਮਨ ਭਾਬੀ ਦੀ ਅੱਛਾ ਹਾਂ ਉਹ ਮੈਂ ਫੋਟੋ ਜਦੋਂ ਦੇਖੀ ਉਹਦਾ ਰੰਗ ਹੀ ਬਈ ਬਾਲਾ ਕਾਲਾ ਚੱਲ ਗੁਰਪ੍ਰੀਤ ਨੇ ਕਰਾ ਲਿਆ ਨਹੀਂ ਫੋਟੋ ਤੇ ਤੈਨੂੰ ਦਿਸੀ ਨੀ ਨਾ ਬਈ ਉਹ ਤਾਂ ਫਿਲਟਰ ਲਾ ਕੇ ਉਹ ਕਰ ਲੈਂਦੇ ਨੇ ਉਹਦਾ ਰੰਗ ਹੀ ਬਾਲਾ ਕਾਲਾ ਗਾ ਫਿਲਟਰ ਕਿਵੇਂ ਉਹ ਲੱਗ ਜਾਂਦਾ ਬਈ ਮੋਬਾਈਲ 'ਚ ਉਹਦਾ ਉਹ ਹੀ ਪਤਾ ਲੱਗ ਗਿਆ ਮੋਬਾਈਲ 'ਚ ਆਈ ਸੀ ਹਾਂ ਮੋਬਾਈਲ 'ਚ ਆਈ ਸੀ ਅੱਛਾ ਬਈ ਮੈਂ ਤਾਂ ਵਿਆਹ ਉਹਦੀ ਮਰਜ਼ੀ ਨਾਲ ਕਰਾਉਂਗਾ ਬੱਗੇ ਤੇਰੀ ਜ਼ਿੰਦਗੀ ਦਾ ਸਵਾਲ ਹੈ ਇਹ ਫੈਸਲਾ ਸੋਚ ਸਭ ਕੀ ਕਰੀ ਠੀਕ ਹੈ
ਬਾਕੀ ਜੇ ਕੋਈ ਗੱਲਬਾਤ ਦਿਲ ਦੀ ਮੈਨੂੰ ਦੱਸ ਦੀ ਸੰਗੀ ਨਾ, ਤੂੰ ਮੇਰਾ ਛੋਟਾ ਭਾਈ ਆ, ਕਦੇ ਗੱਲ ਝੇਬ ਚ ਰਹੇ ਜੇ ਹਨਾ, ਤੇਰੀ ਮਨ ਦੀ ਇੱਛਾ ਹੋਵੇ ਤਾਂ ਮੈਨੂੰ ਦੱਸ ਦੀ। ਲੈ ਬਾਈ ਜੇ ਤੂੰ ਮੇਰੇ ਪਿਓ ਦੀ ਥਾਂ ਖੜ ਕੇ ਪੁੱਛ ਦਾਂਗਾ ਨਾ, ਮੈਂ ਹੁਣ ਤੈਨੂੰ ਦੱਸ ਹੀ ਦਿੰਦਾ ਸਾਰੀ ਗੱਲ। ਲੈ ਮੰਮੀ ਤੂੰ ਬਾਹਰੇ ਜਾਈ ਮਾੜਾ ਜਾ। ਕੁਲਵਿੰਦਰੇ ਵਧਾਈਆਂ ਹੋ ਗਈਆਂ, ਵਧਾਈਆਂ ਹੋ ਗਈਆਂ, ਆਇਆ ਕਿੱਥੇ ਨੂੰ? ਸਰਕਾਰੀਆਂ ਵਧਾਈਆਂ ਦੇ ਜਾਂਦਾ। ਮੰਮੀ ਬੱਗੇ ਨੇ ਹਾਂ ਕਰਦੀ ਕੁਲਵਿੰਦਰ ਦੀ ਭੈਣ ਦੇ ਰਿਸ਼ਤੇ ਵਾਸਤੇ। ਚੱਲ ਸ਼ੁਕਰ ਆ। ਹੋਰ ਮੰਮੀ ਤੂੰ ਤਾਂ ਐਵੇਂ ਚੱਕਰਾਂ ਪੈ ਗਈ, ਜਵਾਬ ਦੀ ਜ਼ਿੰਦਗੀ ਖਰਾਬ ਕਰਤੀ ਸੀ ਤੈਂ। ਚੱਲ ਸ਼ੁਕਰ ਆ ਮੰਨ ਗਿਆ, ਐਵੇਂ ਜ਼ਿੰਦਗੀ ਖਰਾਬ ਹੋ ਜਾਂਦੀ ਫਿਰ ਮੈਂ ਕੀ ਕਰਦੀ? ਮੰਮੀ ਕੀ ਕਰਦੀ ਪੈਸਿਆਂ ਦਾ? ਤਾਂ ਤਾਂ ਕਹਿੰਦੇ ਮੈਂ ਕੀ ਦਿੱਕਤ ਦੇ। ਮੈਨੂੰ ਵੀ ਦੱਸ ਦਿਓ ਕਾਹਦੀਆਂ ਵਧਾਈਆਂ ਹੋ ਗਈਆਂ। ਉਹ ਤੇਰੇ ਭੈਣ ਦੇ ਰਿਸ਼ਤੇ ਨੂੰ ਹਾਂ ਕਰਤੀ ਬੱਗੇ ਨੇ। ਅੱਛਾ, ਹੋਰ ਹੁਣ ਲੈ ਆ ਤਾਂ ਚਮਤਕਾਰ ਹੀ ਹੋ ਗਿਆ ਫਿਰ। ਚਮਤਕਾਰ ਤਾਂ ਹੋਈ ਗਿਆ, ਮੈਨੂੰ ਤਾਂ ਆਏ ਸੀ ਮੈਨੂੰ ਮੰਮੀ ਕਿੱਥੇ ਲਵੇ ਲੱਗਣ ਦੇਊਗੀ ਰਿਸ਼ਤੇ ਨੂੰ, ਮੇਰੇ ਕਹਿੰਦੇ ਨੱਕ ਬੁੱਲ ਕਰਦੀ ਸੀ। ਮੰਮੀ ਤੂੰ ਚੇਪ ਚੋਂ ਕਰੀ ਗਿਆ ਇਹ, ਇਹਦਾ ਹਾਂ ਤਾਂ ਪਹਿਲੀ ਸੀ। ਅੱਛਾ, ਹੋਰ ਚੱਲ ਚੰਗਾ ਭਾਈ, ਅੱਗੇ ਤੈਨੂੰ ਵੀ ਵਧਾਈਆਂ ਦੇ ਰਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਰਾਮ ਰਾਮ, ਖੁਦਾ ਹਾਫਿਸ। ਤੁਸੀਂ ਜੁੜੋ ਆਪਣੇ ਚੈਨਲ ਪੇਂਡੂ ਲੋਕ ਬੀਬੀ ਕੱਤੀ ਨਾਲ, ਵੱਧ ਤੋਂ ਵੱਧ ਲਾਇਕ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ। ਜਿਹੜੇ ਨਵੇਂ ਮੇਰੇ ਵੀਰ ਨਵੇਂ ਚੈਨਲ 'ਤੇ ਜੁੜੇ ਨੇ, ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਚੈਨਲ ਨੂੰ ਜੀ। ਹੁਣ ਇੱਕ ਮਿੰਟਾਂ ਦੀ ਵਾਰੀ। ਹਾਂਜੀ, ਗੁਰਮੁਖ ਸਿੰਘ ਬਰਾੜ, ਸੁਨੀ ਕਨੇਡਾ, ਸਤਪਾਲ ਸ਼ਰਮਾ ਹਸਾਰ, ਹਰਪ੍ਰੀਤ ਸਿੰਘ, ਸੁਖਦੀਪ ਸਿੰਘ, ਹਰਜੋਤ ਸਿੰਘ, ਸੁਖਵਿੰਦਰ ਸਿੰਘ ਪਿਆਣਾ, ਸਰਬਜੀਤ ਕੌਰ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਬੋਵੀ ਰਾਜਾ। ਧੰਨਵਾਦ ਜੀ ਸਾਨੂੰ ਕਮੈਂਟ ਕਰਨ ਦੇ ਲਈ। ਸਤਿ ਸ਼੍ਰੀ ਅਕਾਲ।